हेलो। हाँ, अच्छा पैरिस देखा? पैरिस सब तो बड़ा होना चाहिए। अच्छा नाले बहरा घट तो घट 100 होना चाहिए, ते बहरिया के हाथों से ग्लव्ज होने चाहिए ने, इक्को जी वर्दी होनी चाहिए आ, स्टाला वो होनी चाहिए जिहड़ी अज तक किसी ने चीज खाधी ना हो, अगला उंगलियां चढ़ता रह जाए। ये हलवाई ना पहला हूँ गल खोल ली समार के, शराब भी महंगी तो महंगी होनी चाहिए आ, कुर्सियां ते कपड़ा तरह तरह का चढ़िया हो, इक्को एक धीआ मेरी, मैं ब्याह गज बज के करना, दसना मैं अपने सरीके कबीले नू, अपने रिश्तेदारां नू कि किवें ब्याह हुंदे हुंदे ने। चल ठीक आ, हुण ध्यान रख, मैं हुण बाद च करदी आ फोन, ठीक आ? चंगा। ਕਿਨੂੰ ਆਰਡਰ ਦੇ ਰਹੀ ਸੀ ਨੀ ਫੋਨ ਤੇ? ਮੈਂ ਘਰੇ ਕਹਿ ਰਹੀ ਸੀ ਵੀ ਪੈਲਸ ਪੂਲਸ ਭਾਈ ਚੰਗਾ ਹੋਵੇ, ਵੱਡਾ ਹੋਵੇ, ਐ ਬਹਿਰੇ ਬੂਰੇ ਚੰਗੇ ਹੋਣ। ਮੰਮੀ ਕਾਹਦੇ ਲਈ? ਵੇ ਮੇਰੀ ਇੱਕ ਧੀ, ਉਹਦਾ ਹੀ ਵਿਆਹ ਕਰਨਾ ਮੈਂ, ਮੈਂ ਕਰਾਂ ਨਾ ਗੱਜ ਵੱਜ ਕੇ। ਮੰਮੀ ਆਪਣੇ ਵਿਆਹ ਤੇ ਨਾ ਬਹੁਤ ਕੁੜੀਆਂ ਉਹ ਵੀ ਆਉਣੀਆਂ ਨੇ, ਬਹੁਤ ਪੇਰੈਂਟਸ ਉਹ ਵੀ ਆਉਣੇ ਨੇ ਜਿਹੜੇ ਮਿਡਲ ਕਲਾਸ ਫੈਮਿਲੀ ਨਾਲ ਬਿਲੋਂਗ ਕਰਦੇ ਨੇ, ਉਹਨਾਂ ਦੀਆਂ ਕੁੜੀਆਂ ਦੀਆਂ ਵੀ ਇੱਕ ਜਦੋਂ ਵਿਆਹ ਦੇਖਣਗੇ ਨਾ, ਐਡਾ ਵੱਡਾ ਵਿਆਹ ਹੋ ਰਿਹਾ, ਉਹਨਾਂ ਦੇ ਦਿਮਾਗ 'ਚ ਵੀ ਗੱਲ ਆਊਗੀ ਕਿ ਯਾਰ ਸਾਡਾ ਵਿਆਹ ਵੀ ਐਡਾ ਹੋਵੇ। ਫਿਰ ਉਹ ਆਪਣੇ ਮਾਂ ਪਿਓ ਨੂੰ ਪੁਸ਼ ਕਰਨਗੀਆਂ, ਫਿਰ ਪੇਰੈਂਟਸ ਕਰਜ਼ਾ ਚੁੱਕਣਗੇ, ਫਿਰ ਕਰਜ਼ਾ ਤੋਂ ਲਾਹ ਨਹੀਂ ਹੋਣਾ, ਫਿਰ ਆਤਮ ਹੱਤਿਆ ਕਰਨਗੇ। ਆਪਣੇ ਵਰਗੇ ਨਾ ਬੜੇ ਲੋਕਾਂ ਨੂੰ ਇਹ ਚੀਜ਼ ਦੇ ਸਮਝ ਨਹੀਂ ਲੱਗਦੀ ਕਿ ਵੀ ਇਸ ਚੀਜ਼ ਦਾ ਸਾਡੀ ਸੋਸਾਇਟੀ 'ਤੇ ਕੀ ਫਰਕ ਪੈਂਦਾ। ਸਮਾਂ ਤਾਂ ਤੁਸੀਂ ਮਿਸਾਲ ਬਣੋ, ਵਿਆਹ ਪਿੰਡ 'ਚ ਕਰੋ, ਘਰ 'ਚ ਟੈਂਟ ਲਾਓ ਜਾਂ ਵਿਹੜੇ 'ਚ ਟੈਂਟ ਲਾਓ। ਆ ਸ਼ੋਸ਼ਾਬਾਜ਼ੀਆਂ ਨੇ ਨਾ, ਸ਼ੋਸ਼ਾਬਾਜ਼ੀਆਂ ਨੇ, ਇਹ ਸਾਰਾ ਆਪਣਾ ਸਮਾਜ ਦੁਸ਼ਟ ਕੀਤਾ ਪਿਆ, ਖਤਮ ਕੀਤਾ ਪਿਆ। ਜਿਹੜੀ ਕੁੜੀ ਦੇ ਘਰ ਦੇ ਕੋਈ ਮਹਿੰਗਾ ਵਿਆਹ ਅਫੋਰਡ ਨਹੀਂ ਕਰ ਸਕਦੇ, ਉਹ ਕਰਜ਼ਾ ਚੱਕਦੇ ਨੇ, ਕਰਜ਼ਾ ਚੱਕਣ ਤੋਂ ਬਾਅਦ ਕੀ ਹੁੰਦਾ, ਜਦੋਂ ਕਿਸ਼ਤ ਪੂਰੀ ਨਹੀਂ ਹੁੰਦੀ ਫਿਰ ਫਾਂਸੀਆਂ ਲਾਉਂਦੇ ਨੇ, ਆਹ ਕੁਛ ਕਰਦੇ ਨੇ। ਮਤਲਬ ਜੇ ਤੁਹਾਡੇ ਕੋਲ ਇੰਨਾ ਨਜਾਇਜ਼ ਪੈਸਾ ਤਾਂ ਕੋਈ ਚੰਗੇ ਕੰਮ 'ਤੇ ਲਾਓ, ਜਿਹੜੀ ਵਿਆਹ 'ਤੇ ਹੀ ਲਾਉਣਾ ਵਾ, ਉਸਦਾ ਪ੍ਰਭਾਵ ਕਿੰਨੇ ਲੋਕਾਂ 'ਤੇ ਪੈਂਦਾ? ਇੱਕ ਦਿਨ ਥੋੜ੍ਹੀ ਲੋਕ ਵਾਹ ਵਾਹੀ ਕਰਨਗੇ, ਦੂਜੇ ਦਿਨ ਭੁੱਲ ਜਾਣਗੇ ਵੀ ਕੀ ਕੀਤਾ ਸੀ। ਸਮਾਂ ਤਾਂ ਤੁਸੀਂ ਮਿਸਾਲ ਬਣੋ, ਲੋਕ ਤੁਹਾਡੀ ਮਿਸਾਲਾਂ ਦੇਣ, ਦੇਖ ਵੀ ਕਿੱਡੇ ਵੱਡੇ ਬੰਦੇ ਸੀਗੇ, ਉਹਨਾਂ ਨੇ ਫਿਰ ਵੀ ਵਿਆਹ ਪਿੰਡ 'ਚ ਕੀਤਾ। ਜਿਹੜੀ ਤੂੰ ਗੱਲ ਕਰਦੀ ਵੀ ਲੋਕਾਂ ਨੂੰ ਦਿਖਾਉਣ ਦੀ ਗੱਲ, ਬਲਗੇਸ਼ ਦੁਨੀਆਂ ਦਾ ਅਮੀਰ ਵਿਅਕਤੀ ਆ, ਜਿਹਨੂੰ ਸ਼ੋਅ ਕਰਨ ਦੇ ਲਈ ਗੱਲ 'ਚ ਸੋਨੇ ਦੀ ਚੈਨ ਪਾਉਣੀ ਪਵੇ ਵੀ ਮੈਂ ਅਮੀਰ ਵਿਅਕਤੀ ਹਾਂ, ਫਿਰ ਉਹ ਗੱਲ ਅਮੀਰ ਵਿਅਕਤੀ ਹੈ। ਲੋਕਾਂ ਨੂੰ ਪਤਾ ਹੀ ਹੁੰਦਾ ਵੀ ਕੌਣ ਕਿੰਨਾ ਅਮੀਰ ਆ, ਕੌਣ ਕਿੰਨਾ ਗਰੀਬ ਆ। ਸ਼ੋਅ ਆਪਣੀ ਨਾ ਪੰਜਾਬੀ ਆਦਤ, ਸ਼ੋਅਬਾਜ਼ੀ ਦੇ ਚੱਕਰ ਵਿੱਚ ਆਪਣਾ ਕੁੰਡਾ ਅਸੀਂ ਕਰਵਾ ਬੈਠੇ ਹਾਂ। ਜਿਹਨਾਂ ਤੱਕ ਅਸੀਂ ਸ਼ੋਅਬਾਜ਼ੀ ਕਰਨ ਨਹੀਂ ਹਟਦੇ, ਅਸੀਂ ਤਰੱਕੀ ਨਹੀਂ ਕਰ ਸਕਦੇ ਹੈਗੇ। ਜੇ ਇੱਕ ਨੇ ਛੋਟੀ ਗੱਡੀ ਲੈ, ਦੂਜਾ ਕਹੂਗਾ ਅੱਛਾ ਇਹ ਤੂੰ ਵੱਡੀ ਲੈਣੀ ਹੈ, ਮੈਂ ਭਾਵੇਂ ਕਰਜ਼ੇ 'ਚ ਮੈਂ ਨੱਕ ਨੱਕ ਡੁੱਬ ਜਾਵਾਂ। ਫੋਨ ਕਰਕੇ ਕਹੋ ਕਿ ਵਿਆਹ ਅਸੀਂ ਸਿੰਪਲ ਕਰਨਾ, ਠੀਕ ਹੈ ਨਾ, ਘਰੇ ਟੈਂਟ ਲਾਵਾਂਗੇ, ਮੁੰਡੇ ਵਾਲੇ ਨਾਲ ਮੈਂ ਗੱਲ ਆਪ ਹੀ ਕਰ ਲੂੰਗਾ, ਘਰੇ ਟੈਂਟ ਲਾਵਾਂਗੇ, ਸਾਦਾ ਵਿਆਹ ਕਰਾਂਗੇ, ਅਤੇ ਜਿਹੜੇ ਪਿੰਡ ਦੇ ਵਿੱਚ ਹੋਰ ਲੋਕ ਹੋਰ ਕੁੜੀਆਂ ਰਹਿੰਦੀਆਂ ਜਿਨ੍ਹਾਂ ਦੇ ਵਿਆਹ ਹੋਣੇ ਨੇ ਉਹਨਾਂ ਨੂੰ ਵੀ ਲੱਗੇ ਵੀ ਦੇਖ ਲਓ, ਇਹਨਾਂ ਇੰਨੇ ਅਮੀਰ ਹੋਣ ਦੇ ਬਾਵਜੂਦ ਵੀ ਇੰਨਾ ਸਿੰਪਲ ਵਿਆਹ ਕੀਤਾ, ਉਹਨਾਂ ਦੀ ਸੋਚ ਵੀ ਬਦਲੂਗੀ। ਪੈਸਾ ਸਿਰਫ ਵਿਆਹ 'ਤੇ ਨਹੀਂ ਉਡਾਈਦਾ, ਪੈਸਾ ਚੰਗੇ ਹੈਗਾ ਆਪਣੇ ਕੋਲ, ਉਸਨੂੰ ਚੰਗੇ ਕੰਮ 'ਤੇ ਲਾ ਲਓ। ਚਲੋ ਤੇਰੀ ਵੀ ਗੱਲ ਮੇਰੇ ਖਾਨੇ 'ਚ ਪੈ ਗਈ, ਮੈਂ ਫਿਰ ਫੋਨ ਕਰ ਦਿੰਦੀ ਹਾਂ।